हेलो दोस्तों तो हादा साला सबक ता अपनी YouTube चैनल HK 브레తే ਅੱਜ ਅਸੀਂ ਤੁਹਾਡੇ ਲਈ ਜਮਾਤ 8ਵਾਂ ਦਾ ਜੋ ਸਮਾਜਿਕ ਸਿੱਖਿਆ ਜੋ ਪੇਪਰ ਹੋਣਾ ਉਹਦਾ ਸੋਲੂਸ਼ਨ ਲੈ ਕੇ ਆ ਚੁੱਕੇ ਹਾਂ ਜੇਕਰ ਤੁਸੀਂ ਆਪਣੇ YouTube ਚੈਨਲ HK 브레తే ਨਵੇਂ ਹੋ ਤਾਂ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਜਿਸ ਨਾਲ ਤੁਹਾਨੂੰ ਆਪਣੀ ਸਟਾ ਦੇ ਹੋਰ ਵੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇਕਰ ਤੁਹਾਨੂੰ ਇਹ ਵੀਡੀਓ ਬੜੀ ਲੱਗੇ ਤਾਂ ਆਪਣੀ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚਲੋ ਆਪਾਂ ਪੇਪਰ ਵੱਲ ਵਧਦੇ ਆਂ ਤੋਂ ਅਨੇ ਕਲ ਦੱਸ ਦਈਏ ਜੇਕਰ ਤੁਹਾਨੂੰ ਇਸ ਪੇਪਰ ਦੀ ਪੀਡੀਐਫ ਤੇ ਸੋਲੂਸ਼ਨ ਦੀ ਪੀਡੀਐਫ ਚਾਹੀਦੀ ਆ ਤਾਂ ਆਪਣਾ ਇੱਕ ਟੈਲੀਗ੍ਰਾਮ ਚੈਨਲ ਬਣਾ ਹੋਇਆ ਉਧਰ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਤੁਸੀਂ ਉੱਤੇ ਕਲਿੱਕ ਕਰਕੇ ਆਪਣੇ ਟੈਲੀਗ੍ਰਾਮ ਚੈਨਲ ਤੇ ਜੁਆਇਨ ਹੋ ਕੇ ਉੱਥੋਂ ਤੁਸੀਂ ਪੀਡੀਐਫ ਦੇਖ ਕੇ ਤਿਆਰੀ ਕਰ ਸਕਦੇ ਹੋ ਚਲੋ ਆਪਾਂ ਪੇਪਰ ਵੱਲ ਵਧਦੇ ਆਂ ਜੋ ਪੇਪਰ ਹੁਆ ਕੁੱਲ 20 ਕਦੋਂ ਤੋਂ ਸਮਾਂ 1 ਘੰਟੇ ਦਾ ਹੁਆ ਸਹੀ ਵਿਕਲਪ ਦੀ ਚੋਣ ਕਰੋ ਪਹਿਲਾ ਹੈਗਾ ਇੱਕ ਪ੍ਰੋਸੈਸਨ ਨੂੰ ਇੱਕ ਖਤਮ ਹੋਣ ਵਾਲਾ ਸਾਧਨ ਕਿਹੜਾ ਹੈ ਪਹਿਲਾ ਹੈਗਾ ਪਾਣੀ ਦੂਸਰਾ ਕੋਲਾ ਤੀਸਰਾ ਹਵਾ ਸਸਾ ਸੂਰਜ ਦੀ ਊਰਜਾ ਇਹਨਾਂ ਸਰਾਜੋ ਕੋਲਾ ਕੋਲਾ ਹੈ ਦਰਾਇਤ ਅਨਸਰ ਇਹ ਕਿ ਦੂਸਰਾ ਖੇਤ ਲਿਖਿਆ ਵਿੱਚੋਂ ਕਿਹੜੇ ਸੌਮੇ ਦੇ ਜਲ ਦੀ ਵਰਤੋਂ ਮਨੁੱਖ ਨਹੀਂ ਕਰ ਸਕਦਾ ਪਹਿਲਾ ਹੈਗਾ ਸਮੁੰਦਰ ਦੂਸਰਾ ਨਹਿਰ ਤੀਸਰਾ ਤਰਾਵ ਚੌਥਾ ਹੈਗਾ ਜ਼ਮੀਨ ਇਸਲਾ ਪਾਣੀ ਇਹਨਾਂ ਸਰਾ ਸਮੁੰਦਰ ਉਗੀ ਤੀਸਰਾ 18 18 ਸਤਾਬਦੀ ਵਿਚਪਾਤ ਦੇ ਸਥਾਨਿਕ ਸ਼ਕਤੀਆਂ ਦੀ ਆਪਸੀ ਲੜਾਈ ਅਤੇ ਕਮਜ਼ੋਰ ਦਾ ਲਾਭ ਉਠਾਉਣ ਦਾ ਯਤਨ ਕਿਸ ਯੂਰੋਪੀਨ ਸ਼ਕਤੀ ਨੇ ਕੀਤਾ ਪਹਿਲੇ ਹੈ ਅੰਗਰੇਜ਼ ਦੂਸਰਾ ਫਰਾਂਸੀਸੀ ਤੀਸਰਾ ਪੁਰਤਗਾਲੀ ਇਹਨਾਂ ਸਾਰਾ ਜੂ ਸਸਾ ਉਪਰੋਕਤ ਸਾਰੇ ਅਤੇ ਇਹ ਸਾਰੇ ਲੈਪਸ ਦੀ ਨੀਤੀ ਰਾਹੀਂ ਅੰਗਰੇਜ਼ੀ ਰਾਜ ਵਿੱਚ ਮਿਲਾਈ ਗਈ ਰਿਆਸਤ ਸੀ ਪਹਿਲੇ ਗੇ ਚਾਂਸੀ ਦੂਸਰਾ ਉਦੇਪੁਰ ਤੀਸਰਾ ਸਤਾਰਾ ਇਹਨਾਂ ਸਰਾਜੂ ਸਸਾ ਉਪਰੋਕਤ ਸਾਰੇ ਵਿੱਚੋਂ ਚੌਥਾ ਅਗੇ ਪੰਜਵਾਂ 885 ਵਿਜੇਪਾਲ ਤੇ ਦੇ ਬਾਈਸ ਰਾਏ ਰਾਲਡ ਰੀਪਨ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਸਥਾਪਨਾ ਕੀਤੀ ਇਸ ਦੇ ਕਿੰਨੇ ਮੈਂਬਰ ਸਨ ਪਹਿਲੇ ਗੇ 10 ਦੂਸਰਾ 12 ਤੀਸਰਾ 15 ਤੇ ਚੌਥਾ 18 ਇਹਨਾਂ ਸਰਾਜੂ ਤੀਸਰਾ 15 ਅਗੇ ਛੇਮਾ ਬੰਗਾਲ ਦੇ ਸਥਾਈ ਬੰਦੂਬਸਦੇ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਜੋ ਵਿਕਰੀ ਕਨਾ ਕਾਨੂੰਨ ਲਗਾ ਲਾਗੂ ਕੀਤਾ ਉਸ ਦਾ ਸਬੰਧ ਕਿਸ ਨਾਲ ਸੀ ਪਹਿਲੇ ਹੈਗਾ ਕਿਸਾਨਾਂ ਨਾਲ ਦੂਸਰਾ ਜ਼ਗੀਰਦਾਰਾਂ ਨਾਲ ਤੀਸਰਾ ਜ਼ਿਮੀਂਦਾਰਾਂ ਨਾਲ ਸਸਾ ਪਿੰਡ ਦੇ ਭਾਈਚਾਰੇ ਨਾਲ ਇਹਨਾਂ ਸਾਰਾ ਜ਼ਿਮੀਂਦਾਰਾਂ ਨਾਲ ਅਗਰ ਸੱਤਵਾਂ ਪਾਠ ਵਿੱਚ ਸੰਵਧਾਨਿਕ ਸੰਵਿਧਾਨ ਨੂੰ ਸਰਵਉੱਚ ਮੰਨਿਆ ਜਾਂਦਾ ਹੈ ਇਸ ਲਈ ਇਸ ਦੀ ਭਾਵਨਾ ਦੀ ਰੱਖਿਆ ਕਰਨਾ ਜ਼ਰੂਰੀ ਹੈ ਇਸ ਦੀ ਰੱਖਿਆ ਕੌਣ ਕਰਦਾ ਹੈ ਪਹਿਲਾ ਹੈਗਾ ਵਿਧਾਨਪਾਲਿਕਾ ਦੂਸਰਾ ਪ੍ਰਧਾਨ ਮੰਤਰੀ ਤੀਸਰਾ ਨਿਆਂਪਾਲਿਕਾ ਚੌਥਾ ਕਾਂਟਪਾਲਿਕਾ ਇਹਨਾਂ ਸਾਰਾਜੂਆ ਤੀਸਰਾ ਨਿਆਂਪਾਲਿਕਾ ਅੱਗੇ ਅੱਠਵਾਂ ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹਨ ਪਹਿਲਾਂ ਕਿ ਪਹਿਲੇ ਭਾਗ ਦੂਜੇ ਭਾਗ ਤੀਸਰਾ ਪਾਗ ਚੌਥਾ ਪਾਗ ਇਹਦੇ ਵਿੱਚ ਆਉਸੂ ਤੀਸਰਾ ਤੀਸਰਾ ਪਾਗ ਅਗਿ ਜੋ ਆਹ ਪ੍ਰਸ਼ਨ ਹੈ ਸੁਰੂ ਪ੍ਰਸ਼ਨ ਪੜਕੇ ਸਨਾਂ ਦਿੰਨੇ ਆ ਇਹਨਾਂ ਦੇ ਵੀ ਸੋਲਿਊਸ਼ਨ ਹੋਣੀ ਸੀ ਵੀਡੀਓ ਦੇ ਵਿੱਚ ਕਰਵਾ ਦਿੰਨੇ ਆ ਪਹਿਲੇ ਤੁਹਾਨੂੰ ਇਹ ਪ੍ਰਸ਼ਨ ਦੱਸਦੇ ਕਿਹੜੇ ਕਿਹੜੇ ਪ੍ਰੈਸ਼ਨ ਹੋਣਗੇ ਇਹ ਤਿੰਨੇ ਪ੍ਰੈਸ਼ਨ ਹੋਣਗੇ ਦੋ ਦੋ ਅੰਕਾਂ ਵਾਲੇ ਨੋਮਾ ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ ਅਗਿ ਦਸਵਾਂ ਇਤਿਹਾਸਕਾਰਾਂ ਨੇ ਪਾਤੀ ਇਤਿਹਾਸ ਨੂੰ ਕਿੰਨੇ ਤਿੰਨ ਕਿਹੜੇ ਤਿੰਨ ਭਾਗ ਭਾਗ ਕਾਲਾਂ ਵਿੱਚ ਵੰਡਿਆ ਹੈ ਅੱਗੇ 11ਵਾਂ ਸਵਿਧਾਨ ਤੋਂ ਕੀ ਪਾਪ ਹੈ ਅੱਗੇ 13 ਕਵੇ ਇੰਨੇ ਵਿੱਚ ਤੁਸੀਂ ਕੋਈ ਦੋ ਕਰਨੇ ਹਨ ਨਾ ਤੇ ਤਿੰਨ ਅੰਕ ਦੇ ਹੋਣਗੇ ਅੱਗੇ 12ਵਾਂ ਪੱਠ ਤੇ ਜੰਗਲ ਤੇ ਕਨੂਤ ਲਿਖੋਗੇ 13ਵਾਂ ਸਥਾਈ ਬੰਦੋਸ਼ ਕੀ ਹੈ ਅਤੇ ਉਸ ਦੇ ਆਰਥਿਕ ਪ੍ਰਭਾਵ ਪਏ ਹਨ ਕੀ ਪ੍ਰਭਾਵ ਪਏ ਨੇ ਆਰਥਿਕ ਤੌਰ ਤੇ ਅੱਗੇ 14ਵਾਂ ਸਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ ਆਪਰੇਸ਼ਨ ਸੀ ਹੁਣ ਤਾਂ ਆਪਾਂ ਦੂਜੀ ਪੀਡੀਐਫ ਖੋਲ ਕੇ ਇਹਨਾਂ ਪ੍ਰਸ਼ਨ ਦੇ ਉੱਤਰ ਕਰਵਾ ਦਿੰਨੇ ਆ ਹੁਣ ਆਪਣੇ ਪੀਡੀਐਫ ਖੋਲੇ ਜਿਸ ਵਿੱਚ ਤੁਹਾਨੂੰ ਦੋ ਅੰਕ ਵਾਲੇ ਤੇ ਤਿੰਨ ਅੰਕੋਏ ਪ੍ਰਸ਼ਨ ਦਾ ਉੱਤਰ ਮਿਲ ਜੂਗਾ ਨੋਮਾ ਪ੍ਰਸ਼ਨ ਇਹ ਹੈਗਾ ਸੀ ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ ਇਜਾ ਸਰ ਜੰਗਲ ਖਣਿਜ ਪਦਾਰਥ ਮਿੱਟੀ ਸਮੁੰਦਰ ਸੂਰਜੀਵ ਜਾਂ ਆਂਦੀ ਸਾਧਨ ਕੁਦਰਤੀ ਸਾਧਨ ਹਨ ਇਹ ਸਾਨੂੰ ਕੁਦਰਤ ਤੋਂ ਮਿਲੇ ਹਨ ਅੱਗੇ ਦਸਮਾ ਇਤਿਹਾਸ ਕਾਲਾ ਨੇਪਾਲੀ ਇਤਿਹਾਸ ਨੂੰ ਕਿਹੜੇ ਤਿੰਨ ਭਾਗਾ ਮਦਕਾਸ਼ਾਂ ਵਿੱਚ ਵੰਡਿਆ ਹੈ ਪਹਿਲੇ ਕਿ ਪ੍ਰਾਚੀਨ ਕਾਲ ਪ੍ਰਾਚੀਨ ਕਾਲ ਅਗੇ ਮੱਧ ਕਾਲ ਤੀਸੇਗਾ ਆਧੁਨਿਕ ਕਾਲ ਇਹ ਗੈਲਵਾ ਸੰਵਿਧਾਨ ਤੋਂ ਕੀ ਪਾ ਹੈ ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਦੁਆਰਾ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ ਸੰਵਿਧਾਨ ਸੰਵਿਧਾਨ ਦੇਸ਼ ਦੇ ਸਭ ਕਾਨੂੰਨਾਂ ਤੋਂ ਸਰਵਉੱਚ ਹੁੰਦਾ ਹੈ ਅਗੇ 12ਵਾਂ ਪਟਚੜ ਜੰਗਲਤ ਤੇ ਇੱਕ ਨੋਟ ਲਿਖੋ ਪਟਚੜੀ ਜੰਗਲ ਉਹ ਜੰਗਲ ਹਨ ਜਿਨ੍ਹਾਂ ਦੇ ਦਰਖਤਾਂ ਦੇ ਪੱਤੇ ਇੱਕ ਵਿਸ਼ੇਸ਼ ਮੌਸਮ ਵਿੱਚ ਝੜ ਜਾਂਦੇ ਹਨ ਬਸੰਤ ਦੇ ਮੌਸਮ ਵਿੱਚ ਇਹਨਾਂ ਦੇ ਫਿਰ ਪੱਤੇ ਆ ਜਾਂਦੇ ਹਨ ਇਸ ਪ੍ਰਕਾਰ ਇਸ ਪ੍ਰਕਾਰ ਦੇ ਜੰਗਲ ਪਾਲਤ ਵਿੱਚ ਬਥੇਰੇ ਮਿਲਦੇ ਹਨ ਲੱਕੜੀ ਪ੍ਰਾਪਤ ਕਰਨ ਲਈ ਇਹ ਬਨ ਬਹੁਤ ਜ਼ਿਆਦਾ ਮਹੱਤਵ ਰੱਖਦੇ ਹਨ ਉਮੈ ਤਾਂ ਰਖ ਦੇਈ ਨਾ ਜੰਗਲਾਂ ਵਿੱਚ ਮੁੱਖ ਤੌਰ ਤੇ ਸਾਲ ਤੀਕਾ ਬਸ ਸੀ ਸਮਤ ਤਾਹੀ ਅਤੇ ਖੇਤ ਰਕਤ ਮਿਲਦੇ ਹਨ ਅੱਗੇ ਆ ਗਿਆ ਸਥਾਈ ਬੰਦੋਬਸਤ ਕੀ ਸੀ ਅਤੇ ਉਸ ਦੇ ਪ੍ਰਭਾਵ ਉਸ ਦੇ ਕੀ ਆਰਥਿਕ ਪ੍ਰਭਾਵ ਹੈ ਸਥਾਈ ਬੰਦੋਬਸਤ ਇਕਪੂਮੀ ਪ੍ਰਬੰਧ ਸੀ ਇਸ ਨੂੰ 993 ਸੀ ਵਿੱਚ ਲਾਲ ਕਰਨ ਵਸ ਨੇ ਬੰਗਾਲ ਵਿੱਚ ਲਾਗੂ ਕੀਤਾ ਸੀ ਬਾਅਦ ਵਿੱਚ ਇਸ ਨੂੰ ਬਿਹਾਰ ਉੜੀਸਾ ਬਰਨਾਲਸ ਅਤੇ ਉੱਤਰੀ ਭਾਰਤ ਵਿੱਚ ਲਾਗੂ ਕਰ ਦਿੱਤਾ ਗਿਆ ਇਸ ਦੇ ਅਨੁਸਾਰ ਜ਼ਿਮੀਦਾਰ ਨੂੰ ਹਮੇਸ਼ਾ ਲਈ ਹਮੇਸ਼ਾ ਦੇ ਲਈ ਜ਼ਿਮੀਂਦਾ ਮਾਲਕ ਬਣਾ ਦਿੱਤਾ ਗਿਆ ਉਹਨਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ ਉਹ ਲਗਾਨ ਦੀ ਨਿਸ਼ਚਿਤ ਰਾਸ਼ੀ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੇ ਸਨ ਜੇਕਰ ਕੋਈ ਜ਼ਿਮੀਂਦਾ ਲਗਾਨ ਨਹੀਂ ਦੇ ਸਕਦਾ ਤਾਂ ਸਰਕਾਰ ਉਸ ਦੀ ਜ਼ਮੀਨ ਦਾ ਕੁਝ ਹਿੱਸਾ ਵੇਚ ਕੇ ਲਗਾਨ ਦੀ ਰਾਸ਼ੀ पूरी कर लेंदी से आर्थिक तौर पर नीचित हो गई पर दे इस, इस, इस दा बहुत तो बुरा प्रभाव पिमीदार जिमीदारोषण कर लगे जिमीदार भूमि सुधार वाल कोई ध्यान नहीं दस दे रू, फसरूप किसान की पैदावार दिन प्रतिदिन घटने लगी अगर है चौदव ਸੱਤ ਸਵਿਧਾਨ ਦੀ ਪ੍ਰਸਤਾਵਨਾ ਦੀ ਕੀਮਤ ਹੈ ਸਵਿਧਾਨ ਦੀ ਪ੍ਰਸਤਾਵਨਾ ਸਵਿਧਾਨ ਦੇ ਸ਼ੁਰੂ ਵਿੱਚ ਦਿੱਤੀ ਗਈ ਹੈ ਇਹ ਸਵਿਧਾਨ ਦੇ ਮੁੱਖ ਉਦੇਸ਼ ਮੁੱਖ ਉਦੇਸ਼ ਮੂਲ ਸਿਧਾਂਤਾਂ ਤੇ ਆਦਰਸ਼ ਤੇ ਰੋਸ਼ਨੀ ਪਾਉਂਦੀ ਹੈ ਪ੍ਰਸਤਾਵਨਾ ਦੇ ਅਨੁਸਾਰ ਸਵਿਧਾਨ ਦੇ ਮੁੱਖ ਅਧਰਸ ਹਨ ਪ੍ਰਭੂਸਤਾ ਸਪੰਨ ਤਰ ਨਿਰਪੱਖਤਾ ਸਾਰੇ ਲਈ ਸਮਾਨਯ ਸਵਤੰਤਰਤਾ ਤੇ ਸਮਾਨਤਾ ਭਾਈਚਾਰੀ ਅਤੇ ਰਾਸ਼ਟਰੀ ਇਕਤਾ ਤੇ ਖੰਡਤਾ ਇਹਨਾਂ ਅਧਰਸਾਂ ਨੂੰ ਕਾਨੂੰਨੀ ਰੂਪ ਵਿੱਚ ਰੂਪ ਦਿੱਤਾ ਗਿਆ ਹੈ ਇਹ ਤੋਂ 8 ਅੱਠਵੀਂ ਜਮਾਤ ਵਾਲਿਆਂ ਦਾ ਸਮਾਜਿਕ ਸਿੱਖਿਆ ਦਾ ਸੋਸ਼ਲ ਸਾਇੰਸ ਦਾ ਪੇਪਰ ਸੀ ਇਹ ਤੁਹਾਨੂੰ ਕਰਵਾ ਦਿੱਤਾ ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੀ YouTube ਚੈਨਲ ਸਬਸਕ੍ਰਾਈਬ ਕਰ ਦਿਓ ਜਿਸ ਨਾਲ ਤੁਹਾਨੂੰ ਆਪਣੀ ਇਸ ਤੋਂ ਹੋਰ ਵੀ ਵੀਡੀਓ ਮਿਲਦੀ ਰਹਿਣਗੀਆਂ ਤੇ ਚਲੋ ਆਪਾਂ ਫਿਰ ਮਿਲਾਂਗੇ ਅਗਰੀ ਵੀਡੀਓ ਚ ਤੇ ਤੁਹਾਨੂੰ ਹੀ ਜਲ ਦੱਸਦੀ ਜੇ ਤੁਹਾਨੂੰ ਇਹ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਟੈਲੀਗ੍ਰam ਤੇ ਨਾ ਦਾ ਲਿੰਕ ਤੇ ਡਿਸਕ੍ਰਿਪਸ਼ਨ ਦੇ ਕੇ ਰੱਖਿਆ ਤੁਸੀਂ ਉੱਤੇ ਕਲਿੱਕ ਕਰਕੇ ਆਪਣੇ ਟੈਲੀਗ੍ਰam ਚੈਨਲ ਤੇ ਜੁਆਇਨ ਹੋ ਸਕਦੇ ਹੋ ਜਿਸ ਨਾਲ ਤੁਹਾਨੂੰ ਉੱਥੇ ਹਰ ਪ੍ਰਕਾਰ ਦੀ ਜੋ ਪੀਡੀਐਫ ਹੈ ਉਹ ਵੀ ਮਿਲ ਸਕੂਗੀ ਤੇ ਸੋਲੂਸ਼ਨ ਦੀ ਪੀਡੀਐਫ ਵੀ ਮਿਲ ਸਕੂਗੀ ਓਕੇ ਦੋਸਤੋ